ਦਾਸ ਬਿਆਨ ਸਿੰਘ ਫਤਿਹਗੜ ਸਾਹਿਬ ਤੋਂ ਤੁਹਾਡੇ ਸਾਹਮਣੇ ਇੱਕ ਮੈਂ ਪੁਰਾਣਾ ਇਤਿਹਾਸ ਛੇੜਨ ਲੱਗਿਆ ਗੁਰੂ ਮਹਾਰਜ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਖਦਰਾਣੇ ਦੀ ਢਾਬ ਤੇ ਉਹਨਾਂ ਨੇ ਜੰਗ ਲੜੀ ਸੀ ਉਸ ਟਾਈਮ ਮਹਾਰਾਜ ਨੇ ਇੱਕ ਮੁਸਲਮਾਨਾਂ ਦਾ ਟਾਈਮ ਸੀ ਉਸ ਟਾਈਮ ਔਰੰਗਜ਼ੇਬ ਦਾ ਟਾਈਮ ਸੀ ਉਸ ਟਾਈਮ ਮਹਾਰਾਜ ਨੇ ਇੱਕ ਸਚਾਈ ਵਾਸਤੇ ਉਹਨਾਂ ਨੇ ਉਹ ਕੀਤਾ ਸੀ ਉਪਰਾਲਾ ਕੀਤਾ ਸੀ ਪੀਰ ਬੁੱਧੂ ਸ਼ਾਹ ਸੀ ਆਪਾਂ ਕਹਿੰਦੇ ਨੇ ਮੁਸਲਮਾਨ ਸੀ ਪਰ ਪੀਰ ਬੁੱਧੂ ਸ਼ਾਹ ਸੀ ਉਹਨੇ ਆਪਣੇ ਫਰਜੰਦ ਆਪਣੇ ਬੇਟੇ ਉਥੋਂ ਕੁਰਬਾਨ ਕੀਤੇਆਂ ਦੋ ਜਦੋਂ ਮਹਾਰਾਜ ਜੀ ਜਦੋਂ ਮਹਾਰਾਜ ਨਾਲ ਉਹ ਲੜਦੇ ਉਥੇ ਸ਼ਹੀਦ ਹੋ ਗਏ ਸੀ ਚਲੋ ਜਿਆਦਾ ਵਿਸਤਾਰ ਦੇ ਵਿੱਚ ਨਹੀਂ ਜਾਂਦਾ ਮੈਂ ਮੋٹے ਮੋٹے ਪਰਤੇ ਸਮਝਾ ਦਿੰਨੇ ਜਦੋਂ ਮਹਾਰਾਜ ਬਾਅਦ ਵਿੱਚ ਆ ਕੇ ਜਦੋਂ ਸਿੰਘਾਂ ਦਾ ਉਹ ਕਰਦੇ ਹੁੰਦੇ ਸੀ ਜਦੋਂ ਸਿੰਘਾਂ ਨੂੰ ਇਨਾਮ ਦਿੰਦੇ ਹੁੰਦੇ ਸੀ ਵੀ ਇਹ ਵਧੀਆ ਲੜਿਆ ਇਹ ਇਹਨੂੰ ਇਹਨਾਂ ਇਨਾਮ ਦੇਣਾ ਇਨਾਮ ਦੇਣਾ ਜਰੂਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਆ ਪੀਰ ਬੁੱਧੂ ਸ਼ਾ ਨੂੰ ਕਹਿੰਦੇ ਭਾਈ ਇਹਨਾਂ ਨੂੰ 11000 ਮੋਹਰਾਂ ਦੋ ਪੀਰ ਸਾਹਿਬ ਕਹਿੰਦੇ ਕਹਿੰਦੇ ਜੀ ਮਹਾਰਾਜ ਮੈਂ ਪੈਸੇ ਨਹੀਂ ਲੈਣੇ ਮਹਾਰਾਜ ਪੈਸੇ ਭਾਈ ਕਾ ਨਹੀਂ ਲੈਣੇ ਆਪਣੇ ਪੁੱਤਰ ਸ਼ਹੀਦ ਕਰਾ ਕੇ ਗੁਰੂ ਸਾਹਿਬ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਕੰਗਾ ਸਮੇਤ ਕੇਸਵਾਂ ਸਮੇਤ ਕੰਗਾ ਦਿੱਤਾ ਸੀ ਜੋ ਅੱਜ ਕ ਤਖਤ ਸ੍ਰੀ ਕੇਸਗੜ੍ਹ ਸਾਹਿਬ ਮੌਜੂਦ ਆ ਉਹਦੇ ਤੁਸੀਂ ਦਰਸ਼ਨ ਕਰ ਸਕਦੇ ਜਾ ਕੇ ਪਰ ਕਹਿਣ ਤੋਂ ਭਾਵ ਇੱਥੇ ਕੀ ਆ ਵੀ ਜਿਹੜਾ ਇਨਸਾਫ ਮੋਰਚਾ ਹੈ ਇਹ ਇਕੱਲੇ ਆਪਣਾ ਨਹੀਂ ਹੈ ਇਹ ਇਨਸਾਫ ਮੋਰਚਾ ਹਰੇਕ ਧਰਮ ਦਾ ਹਰੇਕ ਧਰਮ ਦੇ ਉਸ ਇਨਸਾਨ ਦਾ ਜਿਹੜੇ ਇਨਸਾਨ ਨਾਲ ਧੱਕਾ ਹੋਇਆ ਤੁਹਾਨੂੰ ਆਪ ਨੂੰ ਪਤਾ ਹੈ ਕਿ ਸਿੱਖ ਕੌਮ ਨਾਲ ਤਾਂ ਪਹਿਲਾਂ ਤੇ ਹੀ ਧੱਕਾ ਹੁੰਦਾ ਆ ਰਿਹਾ ਸੋ ਇਹ ਦੇ ਵਿੱਚ ਸਮਝਾਉਣ ਦੀ ਗੱਲ ਇਹ ਆ ਜਦੋਂ ਉਸ ਟਾਈਮ ਔਰੰਗਜ਼ੇਬ ਦਾ ਰਾਜ ਸੀ ਉਸ ਟਾਈਮ ਮਹਾਰਾਜ ਦੇ ਨਾਲ ਪੀਰ ਬੁੱਧੂ ਸਾਹਿਬ ਖੜ ਸਕਦਾ ਐਸ ਟਾਈਮ ਮੇਰੇ ਮੁਸਲਮਾਨ ਵੀਰ ਕਿਉਂ ਨਹੀਂ ਖੜ ਸਕਦੇ ਸਾਡੇ ਨਾਲ ਹਿੰਦੂ ਵੀਰ ਕਿਉਂ ਨਹੀਂ ਖੜ ਸਕਦੇ ਮੈਂ ਇਹ ਸਵਾਲ ਕਰਨਾ ਚਾਹੁੰਦਾ ਬਈ ਇਹ ਹੱਕ ਸੱਚ ਦੀ ਲੜਾਈ ਆ ਜੇ ਕੋਈ ਐਦਾਂ ਕਹਿ ਦੇਵੇ ਬਈ ਇਹ ਹੱਕ ਸੱਚ ਦੀ ਨਹੀਂ ਹੈ ਜਿਹੜੇ ਸਿੰਘ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਦੀ ਰਿਹਾਈ ਨੂੰ ਕਿੱਥੇ ਕਿਹੜਾ ਸੰਵਿਧਾਨ ਇਹ ਕਹਿੰਦਾ ਬਈ ਅਸੀਂ ਇਹਨੂੰ ਉਹ ਨਹੀਂ ਕਰ ਸਕਦੇ ਕਿਹੜੇ ਸੰਵਿਧਾਨ ਦੇ ਵਿੱਚ ਲਿਖਿਆ ਹੈ ਮੈਂ ਮੈਂਚ ਤੋਂ ਸਾਰੇ ਉਹਨਾਂ ਨੂੰ ਵੀਰਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੀ ਲੈਂਗੁਏਜ ਤੁਹਾਨੂੰ ਆਉਂਦੀ ਆ ਜਿੱਥੇ ਆਲ ਵਰਲਡ ਦੇ ਵਿੱਚ ਤੁਸੀਂ ਬੈਠੇ ਹੋ ਪੰਜਾਬੀ ਜਾਂ ਕੋਈ ਵੀ ਉਹ ਸਮਝਾਉਣੇ ਵਾਲਾ ਹੁਣ ਇੱਥੇ ਆਪਾਂ ਇੰਡੀਆ ਦੇ ਵਿੱਚ ਹੀ ਲਾਏ ਇਕੱਲੇ ਪੰਜਾਬ ਗਵਰਨਮੈਂਟ ਦਾ ਇਹ ਕੰਮ ਨਹੀਂ ਹੈ ਸੈਂਟਰ ਦੇ ਵਿੱਚੋਂ ਸੈਂਟਰ ਦੇ ਵਿੱਚ ਉਰੇ ਦਿੱਲੀ ਚਲੇ ਜਾਏ ਦਿੱਲੀ ਜਾ ਕੇ ਆਪਣੀ ਭਾਸ਼ਾ ਦਾ ਚੇਂਜ ਹੋ ਜਾਂਦੀ ਹੈ ਹਰੇਕ ਪਾਸ਼ਾ ਦੇ ਵਿੱਚ ਉਹਨਾਂ ਨੂੰ ਉਧਰ ਦੀ ਐਮਐਲਏ ਸਾਹਿਬ ਕੋਈ ਹੋਰ ਕੋਈ بڑے ਉੱਤੇ ਵਾਲਾ ਉਹਨਾਂ ਨੂੰ ਸਮਝਾਇਆ ਜਾਵੇ ਉਧਰ ਦੀ ਜਨਤਾ ਨੂੰ ਸਮਝਾਇਆ ਜਾਵੇ ਵੀ ਇਹ ਕੀ ਹੋ ਰਿਹਾ ਸਾਡੇ ਨਾਲ ਇਹ ਤੱਕਾ ਹੋ ਰਿਹਾ ਕਿਵੇਂ ਹੋ ਰਿਹਾ ਜਦੋਂ ਪਏ ਗੱਲਾਂ ਸਮਝਾਉਂਗੇ ਤਾਂ ਕਿਸੇ ਦੇ ਕੰਨੀਆਂ ਪੈਣੀਆਂ ਵੀਰੋ ਆਪਾਂ ਇੱਥੇ ਇੱਕ ਉਹ ਕਰਦੇ ਆ ਆਪਾਂ ਪੰਜਾਬੀ ਦੇ ਵਿੱਚ ਉਹ ਕਰਦੇ ਆ ਹਰੇਕ ਲੈਂਗੁਏਜ ਜਿਹੜੇ ਲੈਂਗੁਏਜ ਬੰਦੇ ਨੂੰ ਆਉਂਦੀ ਆ ਪੰਜਾਬੀ ਆਪਣੇ ਅਰਬੀ ਚ ਵੀ ਬੈਠੇ ਆਂ ਇੰਗਲਿਸ਼ ਚ ਵੀ ਬੈਠੇ ਆਂ ਫਾਰਸੀ ਚ ਵੀ ਬੈਠੇ ਆ ਸਾਰੇ ਯਾਨੀ ਕਿ ਜਿਨ੍ਹਾਂ ਨੂੰ ਵੀ ਜਿੰਨਾ ਉਹਦੇ ਆਉਂਦੀ ਆ ਉਹਦੇ ਭਾਸ਼ਾ ਦੇ ਵਿੱਚ ਇਹ ਤੁਸੀਂ ਸਮਝਾਉਣਾ ਹੈ ਬਈ ਹਾਂ ਸਾਡੇ ਬੰਦੀ ਸਿੰਘ ਕਿਵੇਂ ਇਹਨਾਂ ਨੇ ਅੰਦਰ ਕੈਦ ਕਰਕੇ ਰੱਖਿਆ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਕੈਦ ਕਰਿਆ ਨੂੰ ਇਹਦੇ ਵਿੱਚ ਜਿਹੜੇ ਬੰਦੇਆਂ ਨੂੰ ਨਹੀਂ ਪਤਾ ਇਹ ਗੱਲਾਂ ਦਾ ਸਿਰਫ ਆਪਾਂ ਪੰਜਾਬ ਦੇ ਵਿੱਚ ਇਹ ਇੱਥੇ ਪੰਜਾਬ ਤੱਕ ਸੀਮਿਤ ਹੋ ਕੇ ਰਹਿ ਗਏ ਆ ਪੰਜਾਬ ਤੇ ਬਾਹਰ ਆਪਾਂ ਨੂੰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਬਈ ਇਹ ਕੀ ਹੋ ਰਿਹਾ ਹੈ ਕਿਵੇਂ ਧੱਕਾ ਹੋ ਰਿਹਾ ਹੈ ਕਿਵੇਂ ਸਰਕਾਰਾਂ ਕਰ ਰਹੀਆਂ ਮੈਂ ਉਹਦੇ ਵਿੱਚ ਬਾਚੋਂ ਆਪਣੇ ਉਹਦੇ ਵਿੱਚ ਕਰਾਂਗਾ ਮੈਨੂੰ ਆਉਂਦੀ ਅਰਬੀ ਥੋੜੀ ਜਿਹੀ ਜਾਨੀ ਕਿ ਇੰਨੀ ਜ਼ਿਆਦਾ ਨਹੀਂ ਆਉਂਦੀ ਮੈਂ ਅਰਬੀ ਦੇ ਵਿੱਚ ਆਪਣੀਆਂ ਸਰਕਾਰਾਂ ਜਦੋਂ ਬਹਾਰਲੇ ਦੇਸ਼ਾਂ ਜਾਣੀਆਂ ਉੱਥੇ ਉਹਨਾਂ ਨੂੰ 에어ਪੋਰਟ ਦੇ ਉੱਤੇ ਹੀ ਕਿਉਂ ਆਪਣੇ ਬੰਦੇ ਹਰੇਕ ਜਗ੍ਹਾ ਬੈਠੇ ਆ ਆਪਣਾ ਪੰਜਾਬੀ ਕੋਈ ਦੁਨੀਆ ਦਾ ਹਜਾ ਕੋਨਾ ਹੈ ਨਹੀਂ ਜਿੱਥੇ ਨਾ ਬੈਠਾ ਹੋਵੇ ਉੱਥੇ ਜਾ ਕੇ ਉਹਨਾਂ ਦੇ ਪ੍ਰੋਟੈਸਟ ਕਰਨਾ ਚਾਹੀਦਾ ਹੈ ਉਹਨਾਂ ਨੂੰ ਗਲੀ 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 ਮੋਹੱਲੇ ਮੋਹੱਲੇ ਦੇ ਵਿੱਚ ਪ੍ਰੋਟੈਸਟ ਹੋਣਾ ਚਾਹੀਦਾ ਹੈ ਤਾਂ ਜਿਹੜੀ ਇਹ ਸੁੱਤੀ ਪਈ ਸਰਕਾਰ ਆ ਇਹਨਾਂ ਨੂੰ ਪਤਾ ਲੱਗੇ ਜਿਹੜਾ ਮੋਦੀ ਵਰਗਾ ਬਾਹਰ ਜਾਂਦਾ ਹੈ ਬਾਹਰ ਜਾਂਦਾ ਹਰੇਕ ਦੇਸ਼ ਦੇ ਵਿੱਚ ਘੁੰਮਦਾ ਹੈ ਕੋਈ ਦੇਸ਼ ਦਾ ਉਹਨੂੰ ਪਤਾ ਹੋਣਾ ਚਾਹੀਦਾ ਉਧਰ ਦੀ ਸਰਕਾਰ ਨੂੰ ਉਧਰ ਦੇ ਬੰਦਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਕਾਤੇ ਆ ਰਿਹਾ ਔਰੇ ਇਹ ਬੰਦੇ ਨੂੰ ਰੋਕੋ ਉਥੇ ਰੋਕ ਕੇ ਉਹਨੂੰ ਪੁੱਛਣਾ ਚਾਹੀਦਾ ਵੀ ਹਾਂ ਤੁਸੀਂ ਬੰਦੇ ਇਹ ਕਿੱਥੇ ਨਹੀਂ ਛੱਡ ਰਹੇ ਕੀ ਇਹ ਉਹ ਆ ਕਿ ਇੱਥੇ ਤੁਹਾਡਾ ਸਬਧਾਨ ਆ ਕਿ ਇੱਥੇ ਆ ਕੇ ਮੁੱਕ ਜਾਂਦਾ ਵੀ ਸਬਧਾਨ ਜੇ ਉਹ ਕਰ ਦਿਆ ਚਲੋ ਅਸੀਂ ਉਹ ਨਹੀਂ ਕਰਦੇ ਖਾਲਸਾ ਕਿਸੇ ਸਬਧਾਨ ਨੂੰ ਨਹੀਂ ਮੰਨਦਾ ਖਾਲਸੇ ਦਾ ਆਪਣਾ ਸਬਧਾਨ ਆ ਪਰ ਫਿਰ ਵੀ ਚਲੋ ਅਸੀਂ ਸਬਧਾਨ ਦੀ ਇੱਜ਼ਤ ਕਰਦੇ ਕੋਈ ਵੀ ਉਹ ਆ ਸਾਨੂੰ ਕੋਈ ਦਿੱਕਤ ਨਹੀਂ ਉਹਦੇ ਨਾਲ ਪਰ ਫਿਰ ਵੀ ਉਹਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਹੈ ਜੈਸੀ ਸੰਵਿਧਾਨ ਦੇ ਤੌਰ ਤੇ ਵੀ ਲੜਦੇ ਆ ਵੀ ਸਾਡੇ ਸਿੰਘ ਕਿਉਂ ਨਹੀਂ ਰਿਹਾ ਕਿਤੇ ਜਾਂਦੇ ਕਿਹੜੀ ਵਜ੍ਹਾ ਹੈ ਕੀ ਉਹ ਆ ਉਹਨਾਂ ਨੂੰ ਕੀ ਇਹਨਾਂ ਨੂੰ ਖਤਰਾ ਖੰਦਾ ਅਸਲ ਚ ਪੰਜਾਬ ਦੇ ਹੀ ਬੰਦੇ ਆ ਉਹ ਕਿਤੇ ਬਾਹਰ ਪਾਕਿਸਤਾਨ ਤੋਂ ਦਾ ਹੀ ਨਹੀਂ ਚਲੋ ਇੰਨੀ ਗੱਲਾਂ ਕਹਿਣ ਦਾ ਖਿਮਾ ਦਾ ਜੱਜਕ ਜੋ ਕਿਸੇ ਨੂੰ ਬਾਦਦਾ ਕਟਾ ਗਿਆ ਮਾਫ ਕਰਨਾ ਗੱਜ-ਕੱਜ ਕਰਕੇ ਜਬ ਸੋਫ ਤੇ ਪਵੇ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ